The Harpreet Singh Show de aaj de spiritual segment vich aap sab ji ayan waakde haan. Nawa saal chadeya ji te sab nu mubarakbaad jithe assi dene haan hun takriban ek mahina khatam ho gaya nave saal da vi. Par is de vich assi dekhiya si ke December 31 nu assi baith ke nave saal layi resolutions banaye si ke assi is saal de vich yani ke nave saal de vich eh eh kuch karange. ਬਹੁਤਾਤ ਸਮੇਂ ਤਾਂ ਇਹੀ ਹੁੰਦਾ ਹੈ ਕਿ ਇਹ ਰੈਜ਼ੋਲਿਊਸ਼ਨਸ ਕੁਝ ਦੇਰ ਲਈ ਤਾਂ ਅਸੀਂ ਫੋਲੋ ਕਰਨੇ ਹਾਂ ਪਰ ਬਾਅਦ ਦੇ ਵਿੱਚ ਇਹ ਖਤਮ ਹੋ ਜਾਂਦੇ ਨੇ ਯਾਨੀ ਕਿ ਅਸੀਂ ਉਹਨਾਂ ਦੇ ਉੱਤੇ ਪੂਰਾ ਆਪਣੇ ਆਪ ਨੂੰ ਨਹੀਂ ਉਤਾਰ ਸਕਦੇ ਕਿਸ ਤਰੀਕੇ ਨਾਲ ਇਹ ਰੈਜ਼ੋਲਿਊਸ਼ਨ ਜਿਹੜੇ ਅਸੀਂ ਸੈਟਅਪ ਕਰਦੇ ਹਾਂ ਸਾਨੂੰ ਇੱਕ ਤਰ੍ਹਾਂ ਦੇ ਇਹ ਬੂਸਟ ਦੇਣ ਕਿ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ ਅੱਜ ਇਹਨਾਂ ਇਸ਼ੂਜ਼ ਦੇ ਉੱਤੇ ਕੁਝ ਗੱਲਬਾਤ ਕਰਾਂਗੇ ਡਿੰਪਲ ਰਿਆਤ ਨਾਲ ਜਿਹੜੇ ਕਿ ਇੱਕ ਸਪਿਰਚੁਅਲਿਸਟ ਨੇ ਅਤੇ ਸਾਡੇ ਨਾਲ ਇੱਥੇ ਆ ਕੇ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟਡ ਕੁਐਸਚਨਸ ਦੇ ਉੱਤੇ ਗੱਲਬਾਤ ਕਰਿਆ ਕਰਦੇ ਨੇ ਸੋ ਸਵਾਗਤ ਕਰਦੇ ਹਾਂ ਉਹਨਾਂ ਦਾ ਅਤੇ ਇਸ ਇਸ਼ੂ ਦੇ ਉੱਤੇ ਅੱਜ ਵਾਰਤਾਲਾਪ ਕਰਦੇ ਹਾਂ ਵੈਲਕਮ ਟੂ ਦ ਪ੍ਰੋਗਰਾਮ ਜੀ ਥੈਂਕ ਯੂ ਹਰਪ੍ਰੀਤ ਜੀ ਥੈਂਕ ਯੂ ਜੀ ਸੋ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਤੁਹਾਨੂੰ ਮੁਬਾਰਕ ਸਾਨੂੰ ਮੁਬਾਰਕ ਕਿ ਤੁਸੀਂ ਇੱਥੇ ਆਏ ਅਤੇ ਅਸੀਂ ਇਸ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਨਵਾਂ ਸਾਲ ਜਿਉਂ ਹੀ ਚੜ੍ਹਦਾ ਇੱਕ ਚਾਅ ਆ ਜਾਂਦਾ ਲੋਕਾਂ ਦੇ ਵਿੱਚ ਯੂ ਨੋ ਇੱਕ ਨਵੀਂ ਹੋਪ ਕਿ ਕੁਝ ਨਾ ਕੁਝ ਅਸੀਂ ਮੁਕੰਮਲ ਕਰਨਾ ਹੈ ਸੋ ਅਸੀਂ ਫਿਰ ਬੈਠ ਜਾਂਦੇ ਹਾਂ ਜੀ ਕਾਗਜ਼ ਪੈਨ ਲੈ ਕੇ ਬਹੁਤ ਸਾਰੇ ਲੋਕ ਕਿ ਅਸੀਂ ਇਹ ਆਪਣੇ ਜੀਵਨ ਦੇ ਵਿੱਚ ਇਸ ਸਾਲ ਦੇ ਵਿੱਚ ਮੁਕੰਮਲ ਕਰਾਂਗੇ ਵਿਚ ਇਜ਼ ਗ੍ਰੇਟ ਕਿਉਂਕਿ ਉਹ ਜਿਹੜੇ ਅਸੀਂ ਰੈਜ਼ੋਲਿਊਸ਼ਨਸ ਬਣਾਉਂਦੇ ਹਾਂ ਡੈਡਲਾਈਨਸ ਵੀ ਦਿੰਦੇ ਹਾਂ ਦੇ ਗਿਵ ਅਸ ਹੋਪ ਕਿ ਅਸੀਂ ਇੱਕ ਨਵੇਂ ਰਾਹ 'ਤੇ ਤੁਰਨਾ ਚਾਹ ਰਹੇ ਹਾਂ ਪਰ ਕਈ ਵਾਰੀ ਹੁੰਦਾ ਕਿ ਉਹ ਬਹੁਤੀ ਦੇਰ ਚੱਲਦਾ ਨਹੀਂ ਹੈਗਾ ਹਫ਼ਤਾ 10 ਦਿਨ ਹੀ ਹੋਇਆ ਅਤੇ ਉਸ ਤੋਂ ਬਾਅਦ ਸੈਰ ਵੀ ਬੰਦ ਹੋ ਗਈ ਖਾਣਾ ਪੀਣਾ ਵੀ ਬੈਕ ਟੂ ਨੋਰਮਲ ਹੋ ਗਿਆ ਅਤੇ ਅਦਰਵਾਈਜ਼ ਆਲਸੋ ਸਾਡੇ ਸਪਿਰਿਚੁਅਲ ਜਿਹੜੇ ਗੋਲਸ ਨੇ ਉਹ ਵੀ ਕਈ ਵਾਰੀ ਪੂਰੇ ਅਸੀਂ ਨਹੀਂ ਕਰ ਸਕਦੇ ਬਿਕੋਜ਼ ਐਕਚੁਅਲ ਲਾਈਫ ਸਟਾਰਟਸ ਹੈਪਨਿੰਗ ਐਂਡ ਦੈਨ ਵੀ ਜਸਟ ਫੋਲੋ ਦੈਟ ਓਨਲੀ ਸੋ ਲੈਟਸ ਟਾਕ ਔਨ ਦਿਸ ਐਸਪੈਕਟ ਟੂਡੇ ਕਿ ਜਦੋਂ ਰੈਜ਼ੋਲਿਊਸ਼ਨਸ ਅਸੀਂ ਬਣਾ ਰਹੇ ਹਾਂ ਵਾਟ ਡੂ ਯੂ ਫੀਲ ਅਬਾਊਟ ਇਟ ਇਜ਼ ਦੇਰ ਅ ਨੀਡ ਫੋਰ ਦੀਜ਼ ਐਂਡ ਇਫ ਦੇਰ ਇਜ਼ ਅ ਨੀਡ ਕਿਸ ਤਰ੍ਹਾਂ ਅਸੀਂ ਇਸ ਨੂੰ ਸਸਟੇਨ ਕਰ ਸਕੀਏ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਉੱਤੇ ਪੂਰਾ ਚੱਲ ਸਕੀਏ ਜੀ ਜਿੱਦਾਂ ਤੁਸੀਂ ਕਿਹਾ ਹਰਪ੍ਰੀਤ ਜੀ ਨਵਾਂ ਸਾਲ ਨਈ ਉਮੰਗ ਨਈ ਤਰੰਗ ਔਰ ਇੱਕ ਨਈ ਸੋਚ ਜੀ ਔਰ ਉਹ ਸੋਚ ਹੈਗੀ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਇੱਕ ਤਬਦੀਲੀ ਲੈ ਕੇ ਆਈਏ ਜੀ ਔਰ ਸੋਚ ਤਾਂ ਸਹੀ ਹੈਗੀ ਆ ਪਿੱਛੇ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਵੀ ਸਹੀ ਹੈਗੀਆਂ ਨੇ ਪਰ ਕਿੱਥੇ ਅਸੀਂ ਮਾਤ ਖਾ ਜਾਂਦੇ ਹਾਂ ਕਿ ਅਸੀਂ ਉਸ ਰੈਜ਼ੋਲੂਸ਼ਨਸ 'ਤੇ ਫੋਲੋ ਅਪ ਨਹੀਂ ਕਰ ਸਕਦੇ ਫੋਲੋ ਥਰੂ ਨਹੀਂ ਕਰ ਪਾਉਂਦੇ ਕਿਉਂਕਿ ਜਿਹੜੀ ਅਸੀਂ ਚੇਂਜ ਚਾਹੁੰਦੇ ਹੈਗੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਸਿਰਫ ਇਹ ਹੀ ਦੇਖਦੇ ਹਾਂ ਕਿ ਸਾਡੇ ਗੋਲਸ ਕੀ ਹੈਗੇ ਨੇ ਔਰ ਉਹਨਾਂ ਦੇ ਪਿੱਛੇ ਅਸੀਂ ਸਟੈਪਸ ਕਿਹੜੇ ਲੈਣੇ ਨੇ ਔਰ ਸ਼ਾਇਦ ਡੈਡਲਾਈਨਸ ਵੀ ਅਸੀਂ ਰੱਖ ਦਿੰਦੇ ਹਾਂ ਪਰ ਅਸੀਂ ਇੱਕ ਬਹੁਤ ਹੀ ਮਹੱਤਵ ਚੀਜ਼ ਆਪਣੇ ਮਾਇੰਡ ਨੂੰ ਦੱਸਣਾ ਭੁੱਲ ਜਾਂਦੇ ਹਾਂ ਕਿ ਇਹ ਮੇਰੇ ਲਈ ਜ਼ਰੂਰੀ ਕਿਉਂ ਹੈ ਜੇ ਮੈਂ ਕਰਨਾ ਹੈਗਾ ਆ ਇਹ ਤਬਦੀਲੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਆ ਇਹਦੇ ਨਾਲ ਮੇਰੀ ਜ਼ਿੰਦਗੀ ਨੂੰ ਮੇਰੇ ਨਾਲ ਦੇ ਵਾਲਿਆਂ ਨੂੰ ਕਿੱਦਾਂ ਇਹਦਾ ਬੈਨੀਫਿਟ ਹੋਏਗਾ ਔਰ ਇਹਨੂੰ ਹਾਊ ਡੂ ਆਈ ਸੀ ਮਾਈ ਸੈਲਫ ਵੈਨ ਆਈ ਮੇਕ ਦੈਟ ਚੇਂਜ ਹਾਊ ਡੂ ਆਈ ਫੀਲ ਹਾਊ ਡੂ ਆਈ ਵਾਕ ਇਨ ਟੂ ਲਾਈਫ ਵਿਦ ਦਿਸ ਨਾ ਸੋ ਬਿਕਾਜ਼ ਅਸੀਂ ਸਿਰਫ ਉਹ ਪੇਪਰ 'ਤੇ ਤੱਕਰ ਹੀ ਉਹਨੂੰ ਛੱਡ ਦਿੰਦੇ ਹਾਂ ਅਸੀਂ ਉਹਨੂੰ ਇੰਟਰਨਲਾਈਜ਼ ਨਹੀਂ ਕਰਦੇ ਅਸੀਂ ਉਹਨੂੰ ਵਿਜੁਅਲਾਈਜ਼ ਨਹੀਂ ਕਰਦੇ ਅਸੀਂ ਉਹਨੂੰ ਫੀਲ ਨਹੀਂ ਕਰਦੇ ਕਿ ਵਟ ਦਿਸ ਚੇਂਜ ਇਜ਼ ਗੋਇੰਗ ਟੂ ਮੇਕ ਮੀ ਫੀਲ ਐਂਡ ਦ ਪਰਸਨ ਇਟਸ ਗੋਇੰਗ ਟੂ ਮੇਕ ਮੀ ਟੂ ਬੀ ਨਾ ਸੋ ਜਿੰਨੀ ਦੇਰ ਤੱਕ ਅਸੀਂ ਉਹਨੂੰ ਅਪਣਾਵਾਂਗੇ ਨਹੀਂ ਅੰਦਰ ਨੂੰ ਅਸੀਂ ਵੀ ਡੋਂਟ ਗੋ ahead like you know a year thoda goal you know assi onu deadline de dende but really je assi onu lifestyle like onu lifestyle man ke chaliye then it's easy to implement that in your life because what happens is jadon assi end result dekhde ha na for example health goal le lo na one might say okay I want to lose 30 pounds when the idea even the thought of losing something ki andar hunda ya ki if I'm losing something that means I got to gain something else as well na so watch the thoughts the watch the words that we use or we connect with our goals or the change that we want to make na okay so internalize that tusi kya ke we need to internalize that and odi ki importance ki hai sade waste for example let's take this health goal only jada tusi touch kita hai ki main 30 pound lose karna hai weight ਇਹ ਤਾਂ ਮੈਂ ਕਹਿਤਾ ਕਿ ਮੈਂ ਕਰਨਾ ਹੈ ਮੈਂ ਸ਼ਾਇਦ ਕਿਸੇ ਹੋਰ ਨੂੰ ਵੇਖਿਆ ਉਸ ਤੋਂ ਮੈਂ ਇੰਸਪਾਇਰ ਹੋਇਆ ਕਿ ਜੇ ਉਹ ਕਰ ਸਕਦਾ ਤਾਂ ਮੈਨੂੰ ਵੀ ਕਰਨਾ ਚਾਹੀਦਾ ਪਰ ਤੁਹਾਡਾ ਕਹਿ ਕੇ ਆਉਂਦਾ ਮਤਲਬ ਕਿ ਅਸੀਂ ਇੰਟਰਨਲਾਈਜ਼ ਉਹਨੂੰ ਮਤਲਬ ਆਪਣੇ ਮਨ ਦੇ ਵਿੱਚ ਉਹ ਗੱਲ ਨੂੰ ਬਿਠਾ ਨਹੀਂ ਸਕਦੇ ਕਿ ਉਸਦੀ ਇੰਪੋਰਟੈਂਸ ਕੀ ਹੈ ਸਾਡੇ ਵਾਸਤੇ ਵਾਈ ਇਜ਼ ਇਟ ਇੰਪੋਰਟੈਂਟ ਸੋ ਜਿਹੜਾ ਵੀ ਅਸੀਂ ਗੋਲ ਸੈੱਟ ਕਰਨਾ ਉਹਦੇ ਨਾਲ ਉਹ ਵਾਈ ਦਾ ਇੰਪੋਰਟੈਂਸ ਉਹ ਨਾਲ ਜੋੜਨਾ ਪਏ ਵੈਰੀ ਦੈਟ ਇਜ਼ ਦ ਹੋਲ
ਫਾਊਂਡੇਸ਼ਨ ਬਿਕੋਜ਼ ਜਿੰਨੀ ਦੇਰ ਤੱਕ ਤੁਹਾਨੂੰ ਤੁਹਾਡਾ ਵਾਈ ਨਹੀਂ ਪਤਾ ਕਿ ਤੁਸੀਂ ਕਿਉਂ ਵੇਟ ਲੂਜ਼ ਕਰਨਾ ਚਾਹੁੰਦੇ ਆ ਜਾਂ ਆਈ ਵੁੱਡ ਸੇ ਰਿਲੀਜ਼ ਕਰਨਾ ਚਾਹੁੰਦੇ ਆ ਜਾਂ ਤੁਸੀਂ ਕੋਈ ਐਕਟੀਵਿਟੀ ਜਿਹੜੀ ਹੈਗੀ ਆ ਉਹਨੂੰ ਅਪਣਾਉਣਾ ਚਾਹੁੰਦੇ ਆ ਨੋਟ ਅੰਟਿਲ ਯੂ ਹੈਵ ਅ ਰੀਜ਼ਨ ਟੂ ਡੂ ਸੋ ਯੂ ਵੋਂਟ ਜੀ ਰਾਈਟ ਐਂਡ ਫੋਰ ਐਗਜ਼ਾਮਪਲ ਜੇ ਤੁਹਾਨੂੰ ਪਤਾ ਕਿ ਬਹੁਤ ਇੰਪੋਰਟੈਂਟ ਮੀਟਿੰਗ 'ਤੇ ਤੁਸੀਂ ਜਾਣਾ ਆ ਯੂ ਵਿਲ ਮੇਕ ਇਟ ਹੈਪਨ ਬਿਕੋਜ਼ ਯੂ ਨੋ ਵਾਈ ਬਿਕਾ ਡਿਊ ਟੂ ਸਰਟਨ ਫੈਕਟਰਸ ਦੈਟ ਰਿਲੇਟਡ ਵਿਦ ਇਟ ਸੋ ਸਿਮਿਲਰਲੀ ਯੋਰ ਬ੍ਰੇਨ ਇਜ਼ ਨੋਟ ਗੋਇੰਗ ਟੂ change the pattern that it's already used to doing something unless it has a reason that okay if I don't stop doing the things that I'm doing and if I don't implement exercise in my lifestyle then I will be facing certain type of diseases which I don't want to live that lifestyle because I choose to live a healthy lifestyle for myself therefore it's important for me to have energized strong flexible and healthy body na and ode naal jadon tusi apne strong reason when you internalize why it's important for me then it makes it easier to make the change meaning you're able to ask yourself kehdiyan main cheeza hun karni hai jehdi ki mainu nahi apne onu change honde rahe so let me see what are the steps that I can take not in a year but daily start with small little things It's not the big things that make a difference that you do. It's very it's everyday small steps that take you towards that big achievement. But then the question that arises is ke eh nave saal de hi duran kyon oh resolutions utte focus hunda hai? Ultimately ta ek it's just a change of date. Hor ta kuch hai nahi. But on the other hand, yes, that change of date jehde ki duniya bhar de vich sab diyan aasan judiyan hoyiyan ne ohde naal aastha judi hoyi hai ke yes ek navi shuruaat jehdi hai ye ਇਹ ਕਿਵੇਂ ਇੰਟਰਨਲਾਈਜ਼ ਕੀਤਾ ਜਾਏ ਕਿ ਇਹ ਚੀਜ਼ ਸਾਨੂੰ ਨਾ ਸਿਰਫ ਸਿਰਫ ਨਿਊ ਈਅਰ ਤੱਕ ਹੀ ਅਸੀਂ ਇਸ ਨੂੰ ਸੀਮਿਤ ਕਰ ਦਈਏ ਬਲਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਾਰਟ ਟਰਮ ਗੋਲਸ ਸੈੱਟ ਕਰਕੇ ਉਸ ਦੇ ਉੱਤੇ ਰੋਜ਼ ਅਸੀਂ ਕੰਮ ਸ਼ੁਰੂ ਕਰੀਏ ਸੋ ਇਹਦੇ ਬਾਰੇ ਅਸੀਂ ਗੱਲ ਕਰਨੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿ ਕਿਸ ਤਰ੍ਹਾਂ ਅਸੀਂ ਇਹ ਵੀ ਬਣਾਈਏ ਗੱਲਬਾਤ ਆਪਣੇ ਮਨ ਦੇ ਵਿੱਚ ਬਿਠਾ ਲਈਏ ਕਿ ਰੋਜ਼ ਅਸੀਂ ਕੋਈ ਨਾ ਕੋਈ ਐਸੇ ਸਟਰੋਂਗ ਸਟੈਪਸ ਲੈਣੇ ਨੇ ਜਾਂ ਛੋਟੇ ਸਟੈਪਸ ਲੈਣੇ ਨੇ ਜਿਹਦੇ ਨਾਲ ਕਿ ਅਸੀਂ ਉਸ ਡੈਸਟੀਨੇਸ਼ਨ ਤੱਕ ਪਹੁੰਚ ਸਕਦੇ ਹਾਂ ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ ਸਟੋਨ ਮਾਰਬਲ ਬੈਕਸਪਲੈਸ਼ ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ ਇਟਾਲੀਅਨ ਸਪੈਨਿਸ਼ ਚਾਈਨੀਜ਼ ਪੋਰਸਲੇਨ ਜਾਂ ਸੈਰਾਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਅੱਜ ਹੀ ਵਿਜ਼ਿਟ ਕਰੋ 1304284 ਐਵਨਿਊ ਸਰੀ ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604-330-7363 604-330-7363 ਨਵੇਂ ਸਾਲ ਦੇ ਰੈਜ਼ੋਲਿਊਸ਼ਨਸ ਦੇ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਸੋਚ ਸਾਡੇ ਵਿੱਚ ਸਟਰੋਂਗ ਹੋ ਸਕੇ ਕਿ ਅਸੀਂ ਜੋ ਕੋਈ ਵੀ ਰੈਜ਼ੋਲਿਊਸ਼ਨਸ ਬਣਾ ਰਹੇ ਹਾਂ ਜਾਂ ਜੋ ਕੁਝ ਵੀ ਆਪਣੇ ਵਾਸਤੇ ਡੈਡਲਾਈਨ ਸੈੱਟ ਕਰ ਰਹੇ ਹਾਂ ਜਾਂ ਗੋਲ ਸੈੱਟ ਕਰ ਰਹੇ ਹਾਂ ਉਹਦੇ ਉੱਤੇ ਅਸੀਂ ਮੁਕੰਮਲ ਪਾਸ ਹੋ ਸਕੀਏ ਜ਼ਿਆਦਾਤਰ ਲੋਕ ਪਾਸ ਨਹੀਂ ਹੋ ਸਕਦੇ ਅਤੇ ਉਸ ਤੋਂ ਬਾਅਦ ਫਿਰ ਅਗਲਾ ਸਾਲ ਜਦੋਂ ਆਉਂਦਾ ਫਿਰ ਉਹੀ ਰੱਟ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਸੋ ਕਿਸ ਤਰ੍ਹਾਂ ਕੋਨਸਟੈਂਟਲੀ ਆਪਣੇ ਆਪ ਦੀ ਥੋਟਸ ਨੂੰ ਅਸੀਂ ਇੰਨਾ ਸਟਰੋਂਗ ਬਣਾ ਲਈਏ ਕਿ ਜਿਹੜਾ ਵੀ ਅਸੀਂ ਗੋਲ ਸੈਟਅਪ ਕੀਤਾ ਹੈ ਉਸ ਨੂੰ ਅਸੀਂ ਪਾ ਸਕੀਏ ਔਰ ਇਸ ਬਾਰੇ ਕੁਝ ਹੋਰ ਚਰਚਾ ਕਰਦੇ ਹਾਂ ਸੋ ਬ੍ਰੇਕ ਤੋਂ ਪਹਿਲਾਂ ਜੀ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਇਹ ਜਸਟ ਚੇਂਜ ਆਫ ਡੇਟ ਹਾਊ ਟੂ ਮੇਕ ਇਟ ਸ਼ਿਓਰ ਕਿ ਬਈ ਇਹ ਚੇਂਜ ਆਫ ਡੇਟ ਜਿਹੜੀ ਹੈ ਜੋ ਸਾਨੂੰ ਇੰਸਪਾਇਰ ਕਰ ਰਹੀ ਹੈ ਕਿ ਅਸੀਂ ਕੁਝ ਲਿਖੀਏ ਅਤੇ ਉੱਤੇ ਕੰਮ ਕਰੀਏ ਇਹ ਸਾਨੂੰ ਕੋਨਸਟੈਂਟਲੀ ਜਿਹੜਾ ਹੈਗਾ ਮੋਟੀਵੇਟ ਕਰਦੀ ਰਹੇ ਕਿ ਅਸੀਂ ਆਪਣੀ ਡੈਸਟੀਨੇਸ਼ਨ ਤੱਕ ਪਹੁੰਚਣਾ ਹੈਗਾ ਐਬਸੋਲੂਟਲੀ ਐਕਚੁਅਲੀ ਤੁਸੀਂ ਬਹੁਤ ਹੀ ਇੱਕ ਮਹੱਤਵਪੂਰਨ ਜਿਹੜਾ ਵਿਸ਼ਾ ਹੈਗਾ ਉਹ ਤੇ ਯੂ ਜਸਟ ਟੱਚਡ ਅਪਨ ਇਟ ਜੇ ਅਸੀਂ ਦੇਖਦੇ ਹਾਂ ਕਿ ਸੀ ਐਵਰੀਬਡੀ ਲਾਈਕ ਐਸ ਯੂ ਸੈਡ ਵਿਨ ਦ ਨਿਊ ਈਅਰ ਕਮਸ ਦੇਅਰ ਕਮਸ ਅ ਹੋਪ ਉਮੰਗ ਜਾਂ ਤਰੰਗ ਕੁਛ ਵੀ ਹੈਗੀ ਆ ਪਰ ਦੀ ਐਂਡ ਆਫ ਦ ਡੇ ਉਹ ਨਵੇਂ ਸਾਲ ਦੇ ਵਿੱਚ ਜਾਣ ਵਾਲਾ ਵੀ ਕੌਣ ਆ ਦ ਸੇਮ ਇੰਡੀਵਿਜੁਅਲ ਜਿਹੜਾ ਪਿਛਲੇ ਸਾਲ ਨੂੰ ਜਸਟ ਸੈਡ ਗੁੱਡ ਬਾਏ ਨਾਓ ਸੈਲੀਬ੍ਰੇਟਿੰਗ ਦ ਨਿਊ ਈਅਰ ਨਾ ਸੋ ਕਹਿਣ ਦਾ ਮਤਲਬ ਕਿ ਅਸੀਂ ਜਿਹੜੇ ਐਜ਼ ਇੰਡੀਵਿਜੁਅਲਸ ਵੀ ਆਰ ਦ ਬੀਇੰਗਸ ਆਫ ਹੈਬਿਟਸ ਨਾ ਅਸੀਂ ਫੋਕਸ ਕਰਦੇ ਸਾਡੇ ਗੋਲ 'ਤੇ ਕੀ ਅਚੀਵ ਕਰਨਾ ਚਾਹੁੰਦੇ ਹਾਂ ਪਰ ਉਹਨਾਂ ਹੀ ਹੈਬਿਟਸ ਦੇ ਨਾਲ ਜਿਹੜੇ ਅਸੀਂ ਪਹਿਲਾਂ ਨਹੀਂ ਅਚੀਵ ਕਰ ਸਕੇ ਅੱਗੇ ਅਸੀਂ ਜਾ ਕੇ ਕੀ ਕਰਾਂਗੇ ਬਿਕਾਜ਼ ਯੂ ਹੈਵ ਦ ਸੇਮ ਰਿਜ਼ਲਟ ਵਿਦ ਦ ਸੇਮ ਹੈਬਿਟਸ ਦੈਟ ਯੂ ਹੈਵ ਡਿਵੈਲਪਡ ਓਵਰ ਪੀਰੀਅਡ ਆਫ ਟਾਈਮ ਨਾ ਸੋ ਮੀਨਿੰਗ ਟੂ ਸੇ ਦੈਟ ਇਟਸ ਨਾਟ it's not the new year that's going to change it's the new thoughts new patterns new experiences that you would create by developing new habits right na we want newness so knowing the newness
that life has to offer, every day is a new day, every second is a new moment. Mm. So when we start living our life, that every moment is a new moment. Mm. My now is the only thing that I have, is the new year for me. Right. That I think is the biggest gift that you can give yourself, to celebrate new year every day, every second. Just living like as if this is the only day you have to live. No? Again, this is a very important point what you have touched, ki har moment nu jadon assi jeena sikh liye te us de utte assi kaam karna shuru kariye apne thought patterns nu rewire karke, kyunki jis tarah for example assi gal karde ha spirituality di jadon assi gal karne, kyunki spirituality nu assi ek vakre andaaz nal dekhne ha, par spirituality is a sum total of our living, ਕਿ ਅਸੀਂ ਕਿਸ ਤਰ੍ਹਾਂ ਜੀ ਰਹੇ ਹੈਗੇ ਆ। ਲੇਕਿਨ ਇਹ ਨਹੀਂ ਕਿ ਸਿਰਫ ਅਸੀਂ ਗੁਰਦੁਆਰੇ ਮੰਦਿਰ 'ਚ ਗਏ ਕੁਝ ਦੇਰ ਲਈ ਜਾਂ ਆਪਣੇ ਆਪ ਨੂੰ ਅਲੂਫ ਕਰਕੇ ਮੈਡੀਟੇਸ਼ਨ ਕਰ ਲਈ, ਉਸ ਨੂੰ ਅਸੀਂ ਕਨਫਾਈਨ ਨਹੀਂ ਕਰ ਸਕਦੇ ਸਪਿਰਚੁਐਲਿਟੀ। ਸੋ ਜੇ ਇਹ ਸੋਚ ਨੂੰ ਅਸੀਂ ਵਿਸਥਾਰ ਵਿੱਚ ਜਾਂ ਵਿਸ਼ਾਲ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਲਈਏ ਕਿ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਅਸੀਂ ਪਹਿਰਾ ਦੇਣਾ ਹੈ, ਅਤੇ ਉਹ ਇੱਕ ਸਪਿਰਚੁਅਲ ਸਾਡੀ ਐਲੀਵੇਸ਼ਨ ਜਿਹੜੀ ਉਹ ਥੋਟਸ ਦੀ ਹੁੰਦੀ ਰਹੇਗੀ। Spirituality, jo dekha jave, it's not about doing something or being, becoming somebody. Spirituality is you being and experiencing your true self. Right. Meaning ke, if we are the spirit, the energy, jehdi is body de vich reside kardi hai, is body nu istemal kardi hai to experience and experiment and explore life. That means that jehda spirit hai gaya, spirit is what controls the mind. In a sense, ke, well, mind is the faculty of the spirit, meaning controls the brain. Hun jadon brain nu jo vi feeding assi dinde ha, jo vi feeding jandi ha, it creates those neural patterns. Right. So, meaning to say that we are in control of what we think. By the way we think, we can change our outcome of the in our reality. ਯਾ ਅਗੇਨ ਉਹੀ ਗੱਲ ਨਾ ਕਿ ਇਹ ਕੋਈ ਤੁਸੀਂ ਅਗੇਨ ਇਗਜ਼ੈਂਪਲ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੈ ਕਿ ਮਿਸਾਲ ਦੇ ਤੌਰ ਦੇ ਉੱਤੇ ਮੈਂ ਕਹਿੰਦਾ ਜੀ ਇਸ ਸਾਲ ਮੈਂ ਨਵਾਂ ਸਾਲ ਚੜ੍ਹਿਆ ਹੈਗਾ, ਅਤੇ ਇਸ ਸਾਲ ਨਾਲ ਜੀ ਮੈਂ ਆਪਣੇ ਰਿਸ਼ਤੇ ਜਿਹੜੇ ਹੈਗੇ ਉਹਨਾਂ ਨੂੰ ਸਟਰੋਂਗ ਬਣਾਉਣਾ ਹੈਗਾ, ਕੋਈ ਕੁਝ ਕਵੇ ਮੈਨੂੰ ਮੈਂ ਉਹ ਤੋਂ ਪ੍ਰਵਾਹ ਨਹੀਂ ਕਰਨੀ ਹੈਗੀ। ਪਰ ਕਿਉਂਕਿ ਸਾਡੀ ਥੋਟ ਹੈਬਿਟਸ ਜਿਹੜੀਆਂ ਹੈਗੀਆਂ ਨੇ, ਸਾਡੀ ਥੋਟਸ ਜਿਹੜੀਆਂ ਹੈਗੀਆਂ ਨੇ, ਜਿਸ ਤਰੀਕੇ ਸਾਨੂੰ ਪਰਵਰਿਸ਼ ਸਾਡੀ ਹੋਈ, ਉਸ ਤਰ੍ਹਾਂ ਦੀ ਅਸੀਂ ਸਾਡਾ ਬ੍ਰੇਨ ਦੇ ਵਿੱਚ ਉਸ ਚੀਜ਼ਾਂ ਬੈਠੀਆਂ ਹੋਈਆਂ, ਅਤੇ ਜਦੋਂ ਉਹ ਚੀਜ਼ ਸਾਡੇ 'ਤੇ ਭਾਰੂ ਪੈਂਦੀ ਹੈ ਅਸੀਂ ਉਸ ਤੋਂ ਸਕੰਮ ਕਰ ਜਾਂਦੇ ਹਾਂ, ਬਲਕਿ ਅਸੀਂ ਉਸਨੂੰ ਲੈ ਨਹੀਂ ਸਕਦੇ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੇਰਾ ਹੈਗਾ ਤੁਹਾਡੇ ਨਾਲ ਲੜਾਈ ਹੋ ਗਈ ਹੈ, ਤੁਸੀਂ ਮੈਨੂੰ ਕੁਝ ਕਹਿ ਦਿੱਤਾ ਹੈਗਾ, ਤਾਂ ਮੈਂ ਉਸੇ ਸਮੇਂ ਕ੍ਰੋਧ ਦੇ ਵਿੱਚ ਆ ਜਾਵਾਂਗਾ ਜਾਂ ਮੈਂ ਭੜਕ ਜਾਵਾਂਗਾ, ਭੁੱਲ ਜਾਵਾਂਗਾ ਆਪਣੇ ਰੈਜ਼ੋਲਿਊਸ਼ਨ ਨੂੰ ਕਿ ਬਈ ਮੈਂ ਕਿਹਾ ਸੀ ਨਹੀਂ ਮੈਂ ਕਾਮ ਰਹਿਣਾ ਹੈਗਾ। ਪਰ ਜੇ ਇਹੀ ਕੰਸਟੈਂਟਲੀ ਮੈਂ ਹਰ ਰੋਜ਼ ਇਹ ਚੀਜ਼ ਆਪਣੇ ਆਪ ਨੂੰ ਦੁਹਰਾਉਂਦਾ ਰਹਾਂ ਕਿ ਤੁਹਾਡੇ ਐਕਸ਼ਨ ਕਾਰਨ ਮੇਰੇ ਜਿਹੜੇ ਸੰਸਕਾਰ ਨੇ ਜਾਂ ਮੇਰੀ ਜਿਹੜੀ ਹੋਂਦ ਹੈ ਉਸ ਦੇ ਉੱਤੇ ਕੋਈ ਅਸਰ ਨਹੀਂ ਪਏਗਾ, ਤਾਂ ਫਿਰ ਸ਼ਾਇਦ ਜੇਕਰ ਤੁਸੀਂ ਮੈਨੂੰ ਕੋਈ ਮੇਰੇ ਬਾਰੇ ਕੁਝ ਗਲਤ ਕਹਿੰਦੇ ਹੋ ਜਾਂ ਕੋਈ ਜਿਸ ਤਰ੍ਹਾਂ ਆਮ ਤੌਰ 'ਤੇ ਹੁੰਦਾ ਅਸੀਂ ਕੋਈ ਹੋਰ ਸਾਨੂੰ ਕਹਿੰਦਾ ਯਾਰ ਉਹਨੇ ਤੇਰੇ ਬਾਰੇ ਇਹ ਕਿਹਾ, ਤਾਂ ਅਸੀਂ ਉਸ ਸਮੇਂ ਬਿਲਕੁਲ ਹਿੱਲ ਜਾਂਦੇ ਹਾਂ ਕਿ ਯਾਰ ਨਹੀਂ ਯਾਰ ਇਹ ਥੋੜ੍ਹਾ ਹੋ ਸਕਦਾ, ਪਰ ਦੈਨ ਅੱਛਾ ਉਹਨੇ ਇਹ ਕਿਹਾ ਕੋਈ ਨਹੀਂ ਮੈਂ ਦੇਖ ਲਵਾਂਗਾ। ਸੋ ਅਗੇਨ ਅਸੀਂ ਉਸੀ ਪੈਟਰਨ 'ਚ ਆ ਜਾਂਦੇ ਹਾਂ ਜਿਹੜੀ ਕਿ ਸਾਡੀ ਆਮ ਸੋਚ ਹੈਗੀ ਹੈ। ਪਰ ਜੇ ਆਪਣੇ ਆਪ ਨੂੰ ਅਸੀਂ ਸਟਰੋਂਗ ਬਣਾਉਣਾ ਹੈ ਤਾਂ ਦੈਨ ਡੈਫੀਨੇਟਲੀ ਸਾਨੂੰ ਹੌਲੀ ਹੌਲੀ ਉਹ ਸਟੈਪਸ ਜਿਹੜੇ ਨੇ ਰੋਜ਼, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਵਰੀ ਮੂਮੈਂਟ, ਉਹ ਸਾਨੂੰ ਰਿਅਲਾਈਜੇਸ਼ਨ ਜਿਹੜੀ ਸਾਡੇ 'ਚ ਰਹਿਣੀ ਚਾਹੀਦੀ ਹੈ ਕਿ ਦੈਟਸ ਫਾਈਨ ਜੇ ਹੋਇਆ ਵੀ ਹੈ, ਤਾਂ ਪਰ ਮੈਂ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ, ਕਿਸੇ ਨੇ ਭਾਵੇਂ ਕੋਈ ਚੇਂਜ ਕਰ ਲਿਆ। ਇਸੇ ਤਰੀਕੇ ਨਾਲ ਬਾਕੀ ਵੀ ਐਸਪੈਕਟਸ ਆਫ ਜ਼ਿੰਦਗੀ ਦੇ ਜਿਹੜੇ ਹੈਗੇ ਨੇ ਉਹਨਾਂ 'ਤੇ ਵੀ ਇਹ ਚੀਜ਼ਾਂ ਲਾਗੂ ਹੋ ਜਾਂਦੀਆਂ। ਐਬਸੋਲੂਟਲੀ ਹਰਪ੍ਰੀਤ ਜੀ, ਸੀ ਅਗੇਨ, ਚਾਹੇ ਤੁਸੀਂ ਆਪਣੀ ਜ਼ਿੰਦਗੀ ਬਾਇਓਲੋਜੀਕਲੀ ਦੇਖ ਲੈਂਦੇ ਹਾਂ, ਫਿਜ਼ੀਕਲੀ ਜਾਂ ਸਾਈਕੋਲੋਜੀਕਲੀ, ਸੋਸ਼ਲੀ ਐਂਡ ਸਪਿਰਚੁਅਲੀ। ਸਪਿਰਚੁਅਲੀ ਇਜ਼ ਸਪਿਰਚੁਅਲਿਟੀ, ਉਹ ਇੱਕ ਸੀਡ ਹੈਗਾ ਆ ਜਿਹੜਾ ਕਿ ਹਰ ਇੱਕ ਤੁਹਾਡੀ ਜ਼ਿੰਦਗੀ ਦੀ ਐਸਪੈਕਟ 'ਤੇ ਸੀਪ ਹੁੰਦਾ ਆ। ਸੋ ਜਿੰਨਾ ਤੁਸੀਂ ਸਪਿਰਚੁਅਲੀ ਆਪਣੇ ਆਪ ਨੂੰ ਸਟਰੈਂਥਨ ਕਰਦੇ ਅੰਦਰੋਂ, ਆਪਣੇ ਆਪ ਨੂੰ ਸਟਰੋਂਗ ਬਣਾਉਂਦੇ ਅੰਦਰੋਂ, ਉਨੀ ਤੁਹਾਡੀ ਜ਼ੀਲ, ਇੰਥੂਜ਼ੀਆਜ਼ਮ ਜ਼ਿੰਦਗੀ ਦੇ ਲਈ, ਤੁਹਾਡੇ ਰਿਸ਼ਤਿਆਂ ਦੇ ਲਈ ਵਧੇਗੀ। ਕਹਿਣੇ ਦਾ ਮਤਲਬ, ਐਬਸੋਲੂਟਲੀ, ਲੈਟਸ ਗੋ ਫੋਰ ਅ ਬ੍ਰੇਕ। ਇਹ ਜਿਹੜਾ ਤੁਸੀਂ ਪੁਆਇੰਟ ਕਿਹਾ ਕਿ, ਪਰ ਇਹ ਸਵਾਲ ਤਾਂ ਫਿਰ ਉਹੀ ਆ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਅੰਦਰੋਂ ਉਹ ਸਟਰੋਂਗ ਬਣਾਈਏ, ਕਿਸ ਤਰ੍ਹਾਂ ਇਹ ਚੀਜ਼ ਬਾਰ ਬਾਰ ਦੁਹਰਾਈਏ, ਕਿਉਂਕਿ ਇਹ ਚੀਜ਼ ਅਸੀਂ ਭੁੱਲ ਜਾਂਦੇ ਹਾਂ ਕੁਝ ਦੇਰ ਲਈ, ਸੁਣਦੇ ਹਾਂ, ਇੰਸਪਾਇਰ ਹੁੰਦੇ ਹਾਂ, ਬਟ ਜਦੋਂ ਪੈਂਦੀ ਹੈ ਸਿਰ 'ਤੇ ਫਿਰ ਅਸੀਂ ਭੁੱਲ ਜਾਂਦੇ ਹਾਂ। ਸੋ ਹਾਊ ਟੂ ਇੰਟਰਨਲਾਈਜ਼ ਇਟ ਐਂਡ ਹਾਊ ਟੂ ਮੇਕ ਆਰਸੈਲਵਸ ਸਟਰੋਂਗ, ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਸ਼ਾਰਟ ਬ੍ਰੇਕ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ
ਵਾਰਮਥ ਕਲਰ ਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 604-657-6612 ਜਾਂ ਫਿਰ ਇਹਨਾਂ ਦੀ ਵੈਬਸਾਈਟ ਐਨਐਲੀਗੈਂਟਟੱਚ.ca ਤੇ ਜਾਓ। ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਡਿੰਪਲ ਰਿਆਤ ਨਾਲ ਗੱਲਬਾਤ ਚੱਲ ਰਹੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਨਵੇਂ ਸਾਲ ਦੇ ਰੈਜ਼ੋਲਿਊਸ਼ਨਸ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਕਾਇਮ ਰਹਿ ਸਕੀਏ ਅਤੇ ਇਹ ਰੈਜ਼ੋਲਿਊਸ਼ਨ ਸਿਰਫ ਕਿਤਾਬੀ ਸੋਚ ਤੱਕ ਹੀ ਨਾ ਰਹੇ ਬਲਕਿ ਇਸ ਨੂੰ ਅਸੀਂ ਇੰਪਲੀਮੈਂਟ ਕਰਨ ਵਿੱਚ ਵੀ ਸਹਾਈ ਹੋ ਸਕੀਏ। ਉਸ ਸੰਬੰਧ ਵਿੱਚ ਹੋਰ ਗੱਲਬਾਤ ਕਰਦੇ ਹਾਂ। ਸੋ ਬ੍ਰੇਕ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕਰੀ ਸੀ ਉਸ ਤੋਂ ਹੀ ਕੰਟੀਨਿਊ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨੂੰ ਇੰਟਰਨਲਾਈਜ਼ ਕਰਕੇ ਯਕੀਨੀ ਬਣਾਈਏ ਕਿ ਐਵਰੀ ਮੂਮੈਂਟ ਇਜ਼ ਅ ਸਪੈਸ਼ਲ ਮੂਮੈਂਟ, ਇਟਸ ਅ ਨਿਊ ਮੂਮੈਂਟ, ਔਰ ਵਰਚੁਅਲੀ ਐਵਰੀ ਡੇ ਵੈਨ ਵੀ ਵੇਕ ਅਪ ਇਨ ਦਾ ਮੋਰਨਿੰਗ ਇਟਸ ਐਨ ਓਪਰਚੁਨਿਟੀ ਟੂ ਸਟਾਰਟ ਫਰੈਸ਼। ਜੇ ਇੱਕ ਦਿਨ ਗਲਤੀ ਹੋ ਵੀ ਗਈ ਹੈ ਅਸੀਂ ਫਿਰ ਉਸਨੂੰ ਹੀ ਫੜ ਕੇ ਫਿਰ ਉਹ ਰਹਿ ਜਾਂਦਾ, ਫਿਰ ਅਸੀਂ ਕਹਿੰਦੇ ਹਾਂ ਯਾਰ ਇਹ ਤਾਂ ਹੁਣ ਖਰਾਬ ਹੋ ਗਿਆ ਕੰਮ, ਬਟ ਇਹ ਭੁੱਲ ਜਾਂਦੇ ਕਿ ਇੱਕ ਨਵਾਂ ਦਿਨ ਜਿਹੜਾ ਉਹ ਸਾਡੇ ਵਾਸਤੇ ਇੱਕ ਫਰੈਸ਼ ਥਾਟ ਜਿਹੜੀ ਅਸੀਂ ਉਸਨੂੰ ਇੰਪਲੀਮੈਂਟ ਕਰ ਸਕਦੇ ਹਾਂ। ਕਿਸ ਤਰ੍ਹਾਂ ਇਸਨੂੰ ਇੰਟਰਨਲਾਈਜ਼ ਕਰੀਏ? ਜੀ, ਆਈ ਥਿੰਕ ਇਟ ਗੋਜ਼ ਬੈਕ ਟੂ ਜੇ ਅਸੀਂ ਆਪਣੀ ਮੇਕਅਪ ਨੂੰ ਦੇਖੀਏ, ਜਿਹੜੇ ਸਾਡਾ ਜੋ ਵੀ ਅਸੀਂ ਕਰਦੇ ਹਾਂ ਹੈਬਿਟਸ ਜਿਹੜੀਆਂ ਸਾਡੀਆਂ ਡਿਵੈਲਪ ਹੋਈਆਂ ਆ, ਸਾਡੇ ਬਿਹੇਵੀਅਰਸ ਜਿਹੜੇ ਹੈਗਾ ਆ ਉਹ ਇੱਕ ਪੈਟਰਨ ਦੀ ਤਰ੍ਹਾਂ ਸਾਡੇ ਮਾਇੰਡ ਦੇ ਵਿੱਚ ਜਾਂ ਸਾਡੇ ਬ੍ਰੇਨ ਸੈਲਸ ਦੇ ਵਿੱਚ ਇੱਕ ਗਰੁੱਪਿੰਗ ਉਹਦੀ ਬਣੀ ਹੋਈ ਹੈ ਵਾ ਨਾ। ਹੁਣ ਉਹਨੂੰ ਚੇਂਜ ਕਰਨ ਦੇ ਲਈ, ਉਹ ਪੈਟਰਨਸ ਚੇਂਜ ਕਰਨ ਲਈ ਵੀ ਹੈਵ ਟੂ ਡੂ ਸਮਥਿੰਗ ਡਿਫਰੈਂਟ ਨਾ। ਜਿੱਦਾਂ ਬਾਡੀ ਨੂੰ ਅਸੀਂ ਰੀਅਲਾਈਨ ਕਰਨਾ ਹੋਵੇ, ਰੀਸ਼ੇਪ ਦੇ ਵਿੱਚ ਲੈ ਕੇ ਆਉਣਾ ਹੋਵੇ, ਵੀ ਨੀਡ ਟੂ ਡੂ ਡਿਫਰੈਂਟ ਐਕਸਰਸਾਈਜ਼ ਇਨ ਓਰਡਰ ਟੂ ਬਿਲਡ ਦ ਮਸਲਸ, ਰਾਈਟ, ਟੂ ਟਰਨ ਆਰ ਫੈਟ ਇਨ ਟੂ ਮਸਲਸ। ਸੋ ਸਿਮਿਲਰਲੀ ਹੁਣ ਜਦੋਂ ਅਸੀਂ ਆਪਣੇ ਓਲਡ ਪੈਟਰਨਸ ਨੂੰ ਨਵੇਂ ਪੈਟਰਨਸ 'ਤੇ ਬਦਲਣਾ ਆ, ਇਟ ਦ ਬ੍ਰੇਨ ਨੀਡਸ ਕਲੀਅਰ ਇੰਸਟਰਕਸ਼ਨਸ। ਹੁਣ ਕਲੀਅਰ ਇੰਸਟਰਕਸ਼ਨ ਤੁਸੀਂ ਕਿੱਦਾਂ ਦਿਓਗੇ? ਇਹ ਇੱਕ ਵਾਰ ਜਾਂ ਦੋ ਵਾਰ ਜਾਂ ਤਿੰਨ ਦਫ਼ਾ ਕਹਿਣਾ ਤਾਂ ਹੋਣਾ ਨਹੀਂ, ਇਟ ਸਮਥਿੰਗ ਰਿਪੀਟਡਲੀ ਵਨ ਮਸਟ ਡੂ। ਸੋ ਸਵੇਰ ਤੋਂ ਲੈ ਕੇ ਜਦੋਂ ਤੁਸੀਂ ਉੱਠਦੇ ਆ, ਓਨਲੀ 2 ਮਿੰਟ ਆਪਣੇ ਆਪ ਨੂੰ ਤੁਸੀਂ ਦਿਓ, 2 ਮਿੰਟ ਵਾਈਲ ਯੂ ਇਨ ਬੈਡ, ਯੂ ਮੋਮੈਂਟ ਯੂ ਵੇਕ ਅਪ, internalize to yourself and tell yourself what you're grateful for. You know, hey, gratefulness the movement jehdi hun kafi tariyo va, par jadon assi apne veda vedanta apne granth sahib de vich dekhde ha, that is the first thing that we were taught to do. Absolutely. Shukrana karo na har ek cheez da, karo choti to vaddi cheez da. So similarly jadon assi apni zindagi de vich apni apna shukra, we're grateful for ourselves, we're grateful for our family, grateful for small to big things that we are provided for, ਉਹਦੇ ਨਾਲ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਆ, ਉਹ ਜਿਹੜੇ ਹੁਣ ਗਰੁੱਪਿੰਗ ਦੀ ਪੈਰੈਂਟਸ ਇੱਕ ਜਿਹੜੀ ਹੈਗੀ ਸੋਚ ਕਿ it could be any negative thought in our mind, that you know what, I don't have a nice car, the kind I want to drive, or I need a better house, or and then koi desires jehiyan hundiyan jinne di assi soch lai ke eh chalde ha ki I'm not deserving, or I am not capable enough, koi bhi negative soch ho gayi as ode te na. So in order to change that, when I start saying thank you for what I have, neurologically ਉਹ ਜਿਹੜੇ ਸੈਲਸ ਹੈਗੇ ਆ, ਨਾਉ ਨਿਊ ਸੈਲਸ ਆਰ ਡਿਵੈਲਪਿੰਗ। ਹੁਣ ਉਹ ਜਿਹੜੇ ਤੁਸੀਂ ਯੂਵ ਗਿਵਨ ਯੂਰ ਮਾਇੰਡ ਦੈਟ ਮੈਸੇਜ ਮੈਂਟਲੀ, ਨਾਉ ਯੂ ਨੋ ਹੈਵ ਪਿਕਚਰਸ ਆਫ ਥਿੰਗਸ ਅਰਾਊਂਡ ਯੂ ਦੈਟ ਯੂ ਵਾਂਟ ਟੂ ਹੈਵ, ਔਰ ਯੂ ਵਾਂਟ ਟੂ ਕ੍ਰੀਏਟ, ਔਰ ਔਰ ਵਟ ਯੂ ਆਲਰੇਡੀ ਹੈਵ, ਔਰ ਦੀ ਅਕੰਪਲਿਸ਼ਮੈਂਟਸ ਦੈਟ ਯੂ ਹੈਵ ਅਚੀਵਡ ਇਨ ਦਾ ਪਾਸਟ ਨਾ। ਹੈਵ ਸਰਟਨ ਸੈਟ ਆਫ ਥਿੰਗਸ ਇਨ ਫਰੰਟ ਆਫ ਯੂ ਦੈਟ ਯੂ ਕੈਨ ਵਿਜੂਅਲੀ ਸ਼ੋ ਯੂਰ ਬ੍ਰੇਨ ਨਾ। ਸੋ ਹੁਣ ਤੁਸੀਂ ਉਹਨੂੰ ਮੈਸੇਜ ਵੀ ਦੇ ਦਿੱਤਾ, ਨਾ ਇਟਸ ਵਿਜੁਅਲਾਈਜ਼ਿੰਗ ਇਟ, ਹੁਣ ਆਪਣੇ ਆਪ ਦੇ ਵਿੱਚ ਤੁਸੀਂ ਉਹ ਮਹਿਸੂਸ ਕਰੋ ਕਿ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਚਾਹੁੰਦੇ ਆ ਜਾਂ ਹੈ, ਹਾਊ ਇਟ ਮੇਕਸ ਯੂ ਫੀਲ, ਔਰ ਹਾਊ ਇਟ ਵੁੱਡ ਮੇਕ ਯੂ ਫੀਲ, ਹਾਊ ਯੂਰ ਲਾਈਫ ਵੁੱਡ ਬੀ ਡਿਫਰੈਂਟ, ਐਂਡ ਹਾਊ ਵੁੱਡ ਯੂ ਬੀ ਡਿਫਰੈਂਟ, ਐਂਡ ਹਾਊ ਵੁੱਡ ਯੂ ਸ਼ੋ ਅਪ ਡਿਫਰੈਂਟਲੀ ਇਨ ਯੂਰ ਰਿਲੇਸ਼ਨਸ਼ਿਪਸ ਨਾ। ਜਿੱਦਾਂ ਤੁਸੀਂ ਰਿਲੇਸ਼ਨਸ਼ਿਪ ਦੀ ਵੀ ਗੱਲ ਕੀਤੀ ਸੀਗੀ, ਸੋ ਸਿਮਿਲਰਲੀ ਇਟ ਕੁਡ ਬੀ ਅ ਪਰਸਨ ਦੈਟ ਯੂ ਵਾਂਟ ਟੂ ਰਿਜ਼ੋਲਵ ਅ ਕਨਫਲਿਕਟ ਵਿਦ ਨਾ। ਸੋ ਮੀਨਿੰਗ ਕਿ ਹੁਣ ਜਦੋਂ ਤੁਸੀਂ ਉਹ ਕਰ ਜਦੋਂ ਤੁਸੀਂ ਕਰਦੇ ਆ, ਸਮਥਿੰਗ ਸਟਾਰਟਸ ਟੂ ਸ਼ਿਫਟ ਵਿਦ ਇਨ ਯੂਰ ਬ੍ਰੇਨ, ਐਂਡ ਯੂਰ ਬ੍ਰੇਨ ਕੈਨ ਐਕਚੁਲੀ ਸੀ ਇਟ, ਇਟ ਕੈਨ ਫੀਲ ਇਟ, ਇਟ ਕੈਨ ਫੀਲ ਟੱਚਿੰਗ ਇਟ। ਸੋ ਡੂ ਦ ਥਿੰਗਸ
on a daily basis, in the right. morning, at night time, between your day, jodo koi bhi spare moment hunda hai, rather than opposing for entertainment, sit down and spend that time with yourself. Right. Yeah? So again, it's not something that's going to happen over a period of time. Right, but you need practice. You need practice. Absolutely. And you need to develop certain, like everybody has different things that inspires them. Ji. So inspire your own self with your own life achievements right. and what you want to have, and follow, get ideas from people who already have done it and who's been there mm-hmm. and done it. Bilkul ji, life jadi sadi hai ki te pura ek ek structure jada hai gaya jithe physical sade spiritual sade emotional needs e sariyan jadiyan ne innu pura si karna hai te us waste ਇਹ ਜਿਹੜੇ ਅਸੀਂ ਰੈਜ਼ੋਲਿਊਸ਼ਨਸ ਬਣਾਉਂਦੇ ਹਾਂ ਇਹਨਾਂ ਨੂੰ ਵੀ ਸਾਨੂੰ ਡਿਵਾਈਡ ਕਰਨਾ ਚਾਹੀਦਾ ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਪੈਂਡਿੰਗ ਟਾਈਮ ਵਿਦ ਯੋਰਸੈਲਫ ਇਜ਼ ਦ ਮੋਸਟ ਇੰਪੋਰਟੈਂਟ ਫੈਕਟਰ ਕਿਉਂਕਿ ਉਹੀ ਸਮਾਂ ਜਦੋਂ ਤੁਸੀਂ ਇੰਟਰਨਲਾਈਜ਼ ਕਰ ਸਕਦੇ ਹੈਗੇ ਹੋ ਕਿਸੇ ਚੀਜ਼ ਨੂੰ ਐਂਡ ਦੈਨ ਆਫਕੋਰਸ ਗਲਤੀਆਂ ਹੋਣਗੀਆਂ ਇਹ ਨਹੀਂ ਕਿ ਕੋਈ ਨਹੀਂ ਹੋਏਗੀ ਹਮੇਸ਼ਾ ਹੋਣਗੀਆਂ ਪਰ ਜੇ ਬਾਰ ਬਾਰ ਅਸੀਂ ਉਸ ਚੀਜ਼ ਨੂੰ ਰਿਪੀਟ ਕਰਦੇ ਜਾਵਾਂਗੇ ਤਾਂ ਸਾਡੇ ਬ੍ਰੇਨ ਵਿੱਚ ਵੀ ਉਹ ਗੱਲਬਾਤ ਸੈਟਅਪ ਹੋ ਜਾਏਗੀ ਐਂਡ ਇੱਕ ਬੜੀ ਇੰਪੋਰਟੈਂਟ ਮੈਂ ਕਿੱਥੇ ਪੜ੍ਹ ਰਿਹਾ ਸੀ ਕਿ ਪਹਿਲਾਂ ਤਾਂ ਤੁਸੀਂ ਜਿਸ ਤਰ੍ਹਾਂ ਕਿ ਅਫਰਮ ਕਰੋ ਉਸ ਤੋਂ ਬਾਅਦ ਵਿਜੁਅਲਾਈਜ਼ ਕਰੋ ਐਂਡ ਦੈਨ ਸਟਾਰਟ ਐਕਟਿੰਗ ਐਜ਼ ਇਫ ਯੂ ਆਲਰੇਡੀ ਹੈਵ ਇਟ ਐਂਡ ਦੈਨ ਆਫਕੋਰਸ ਉਹ ਮਟੀਰੀਅਲਾਈਜ਼ ਚੀਜ਼ ਹੋਏਗੀ ਬਿਕੋਜ਼ ਇਹ ਚਾਰ ਪੁਆਇੰਟਸ ਜਿਹੜੇ ਤਿੰਨ ਅਸੀਂ ਪਹਿਲਾਂ ਸਟੈਪਸ ਲੈ ਲਈਏ ਤਾਂ ਫੋਰਥ ਸਟੈਪ ਜਿਹੜਾ ਹੈਗਾ ਜੋ ਅਸੀਂ ਚੀਜ਼ ਚਾਹ ਰਹੇ ਹਾਂ ਉਹ ਪੂਰੀ ਹੋਏਗੀ ਹੋਏਗੀ ਐਂਡ ਵਟ ਹੈਪਨਸ ਇਜ਼ ਕਿਉਂਕਿ ਤੁਸੀਂ ਆਪਣੀ ਐਨਰਜੀ ਚੈਨਲਾਈਜ਼ ਉਸ ਦਿਸ਼ਾ ਦੇ ਵਿੱਚ ਕਰ ਰਹੇ ਆ ਹੁਣ ਜਿਹੜਾ ਤੁਹਾਡਾ ਇੱਕ ਸੁਪਨਾ ਆ ਉਸ ਸੁਪਨੇ ਤੋਂ ਹੁਣ ਤੁਸੀਂ ਨਾ ਯੂ ਵਿਲ ਸਟਾਰਟ ਡਿਵੈਲਪਿੰਗ ਸਟ੍ਰੈਟਜੀਜ਼ ਰਾਈਟ ਉਹ ਜਦੋਂ ਤੁਸੀਂ ਸਟ੍ਰੈਟਜਾਈਜ਼ ਕਰਨਾ ਸ਼ੁਰੂ ਕਰ ਦੋਗੇ ਯੂ ਆਟੋਮੈਟਿਕਲੀ ਸਟਾਰਟ ਮੇਕਿੰਗ ਪਲਾਨਸ ਓਕੇ ਹਾਊ ਐਮ ਆਈ ਗੋਇੰ ਟੂ ਡੂ ਦਿਸ ਹਾਊ ਐਮ ਆਈ ਗੋਇੰ ਟੂ ਅਚੀਵ ਇਟ ਵਟ ਆਰ ਦ ਸਟੈਪਸ ਦੈਟ ਆਈ ਨੀਡ ਟੂ ਟੇਕ ਐਂਡ ਵੈਨ ਕੈਨ ਆਈ ਡੂ ਇਟ ਇਨ ਮਾਈ ਲਾਈਫ ਬਿਕੋਜ਼ ਸਾਰਿਆਂ ਦਾ ਸਕੇਡਿਊਲ ਇੱਕ ਜਿਹਾ ਨਹੀਂ ਅਲੱਗ ਅਲੱਗ ਹੈ ਨਾ ਬਟ ਯੂ ਕੈਨ ਕਸਟਮਾਈਜ਼ ਯੂਰ ਓਨ ਪੈਟਰਨ ਐਂਡ ਦੈਨ ਬ੍ਰਿੰਗ ਇਟ ਇਨ ਟੂ ਐਕਸ਼ਨ ਵੰਡਰਫੁਲ ਥੈਂਕ ਯੂ ਵੈਰੀ ਮਚ ਫਾਰ ਬੀਇੰਗ ਹੇਅਰ ਐਂਡ ਟਾਕਿੰਗ ਔਨ ਦਿਸ ਪਾਰਟੀਕੂਲਰ ਇਸ਼ੂ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com ਜਿਹੜਾ ਅਸੀਂ ਇਸ਼ੂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅਗੇਨ ਜਿੱਥੇ ਨਵਾਂ ਸਾਲ ਬਹੁਤ ਸਾਰੇ ਅਸੀਂ ਰੈਜ਼ੋਲਿਊਸ਼ਨਸ ਬਣਾਏ ਨੇ ਅਸੀਂ ਇਹੀ ਅਰਦਾਸਾਂ ਕਰਨੇ ਕਿ ਸਾਰੀਆਂ ਮਨੋਕਾਮਨਾ ਤੁਹਾਡੀਆਂ ਪੂਰੀਆਂ ਹੋਣ ਪਰ ਇਹ ਤਦ ਹੀ ਪੋਸੀਬਲ ਹੋਏਗਾ ਜੇਕਰ ਅਸੀਂ ਆਪ 'ਤੇ ਐਕਸ਼ਨ ਲਈਏ ਇੰਟਰਨਲਾਈਜ਼ ਕਰੀਏ ਇਹਨਾਂ ਚੀਜ਼ਾਂ ਨੂੰ ਅਤੇ ਕੋਈ ਗੱਲ ਨਹੀਂ ਜੇਕਰ ਕੋਈ ਚੀਜ਼ ਪੂਰੀ ਨਹੀਂ ਹੋ ਰਹੀ ਤਾਂ ਬੈਠ ਕੇ ਆਪਣੇ ਨਾਲ ਸਮਾਂ ਕੱਢ ਕੇ ਆਪਣੇ ਉੱਤੇ ਜ਼ਰੂਰ ਲਾ ਕੇ ਇਹ ਵਿਚਾਰ ਵਟਾਂਦਰਾ ਕਰੀਏ ਕਿ ਕਿਸ ਤਰੀਕੇ ਨਾਲ ਕਿੱਥੇ ਕੋਈ ਕਮੀ ਹੋ ਰਹੀ ਅਤੇ ਕਿਸ ਤਰ੍ਹਾਂ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ